ਤਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ 'ਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਹੁਤ ਹੀ ਮਹਾਨ ਔਰ ਇਹ ਪਵਿੱਤਰ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਸਨੂੰ ਸਮਰਪਿਤ ਇਹ ਮਹਾਨ ਦਿਨ ਇਸ ਮਹਾਨ ਸਥਾਨ ਮਾਤਾ ਸੁੰਦਰੀ ਜੀ ਦੇ ਗੁਰਦੁਆਰਾ ਸਥਾਨ 'ਤੇ ਆਪ ਸੰਗਤਾਂ ਨੂੰ ਮਿਲ ਕੇ ਨਾਲ ਮਿਲ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਹੀ ਸ਼ਰਧਾ ਔਰ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਪ੍ਰਧਾਨ ਸਾਹਿਬ ਨੇ, ਧਰਮ ਪ੍ਰਚਾਰ ਦੇ ਚੇਅਰਮੈਨ ਸਾਹਿਬ ਰਾਣਾ ਜੀ ਨੇ ਔਰ ਬਹੁਤ ਹੀ ਸੁੰਦਰ ਅਲਫਾਜ਼ਾਂ ਦੇ ਨਾਲ ਬੰਤਾ ਸਿੰਘ ਜੀ ਨੇ ਸੰਗਤਾਂ ਨੂੰ ਉਸ ਸਾਕੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਇਹ ਸਾਡਾ ਉਹ ਇਤਿਹਾਸ ਆ ਜਿਸ ਨੂੰ ਸ਼ਾਇਦ ਅਲਫਾਜ਼ਾਂ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਦੁਨੀਆ ਦੇ ਅੰਦਰ ਨਾ ਹੁਣ ਤੋਂ ਪਹਿਲਾਂ ਨਾ ਹੁਣ ਤੋਂ ਬਾਅਦ ਕੋਈ ਐਸੀ ਸ਼ਹਾਦਤ ਨਾ ਸੁਣੀ ਗਈ ਨਾ ਦੇਖੀ ਗਈ। 7 ਸਾਲ ਦੀ ਉਮਰ 'ਚ, 9 ਸਾਲ ਦੀ ਉਮਰ ਅੰਦਰ ਬਹੁਤ ਸਾਰੇ ਲਾਲਚਾਂ ਦੇ ਬਾਵਜੂਦ, ਹਰ ਤਰ੍ਹਾਂ ਦੀ ਜ਼ੁਲਮ ਵੀ ਢਾਉਣ ਦੇ ਬਾਵਜੂਦ ਆਪਣੀ ਈਨ ਮਨਾਉਣ ਅੰਦਰ ਨਾਕਾਮ ਹੋਣ 'ਤੇ ਇੱਕ ਐਸੀ ਸਜ਼ਾ ਜਿਹੜੀ ਸ਼ਾਇਦ ਦੁਨੀਆ ਦੇ ਕਿਸੇ ਇਤਿਹਾਸ ਅੰਦਰ ਕਿਸੇ ਨੇ ਸੁਣੀ ਵੀ ਨਹੀਂ ਹੋ ਸਕਦੀ। ਅੱਜ ਆਪਾਂ ਇੱਕ ਐਸੇ ਮਾਹੌਲ 'ਚ ਰਹਿ ਰਹੇ ਹਾਂ ਜਦੋਂ ਸਾਨੂੰ ਆਪਣੀ ਗੱਲ ਕਰਨ ਦੀ, ਜਦੋਂ ਸਾਨੂੰ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੀ ਆਜ਼ਾਦੀ ਆ। ਉਸ ਵੇਲੇ ਵੀ ਜਦੋਂ ਅਸੀਂ 1984 ਦੀ ਗੱਲ ਕਰਦੇ ਹਾਂ ਤੇ ਸਾਡਾ ਦਿਲ ਬਹਿ ਜਾਂਦਾ ਹੈ, ਸਾਡਾ ਰੋਣਾ ਨਹੀਂ ਬੰਦ ਹੁੰਦਾ। ਪਰ ਸੋਚ ਕੇ ਦੇਖੋ ਉਹ ਸਮਾਂ ਜਿਸ ਵੇਲੇ ਛੋਟੇ ਸਾਹਿਬਜ਼ਾਦਿਆਂ ਦੇ ਉੱਤੇ ਇੰਨਾ ਕਹਿਰ ਢਾਇਆ ਜਾ ਰਿਹਾ ਸੀ ਔਰ ਕੋਈ ਨਾ ਉਹਨਾਂ ਦੀ ਸੁਣ ਸਕਦਾ ਸੀ, ਨਾ ਦੇਖ ਸਕਦਾ ਸੀ, ਨਾ ਉਹਨਾਂ ਨੂੰ ਕੋਈ ਰੋਕ ਸਕਦਾ ਸੀ ਔਰ ਔਰੰਗਜ਼ੇਬ ਵੱਲੋਂ ਇਹ ਤੈਅ ਕਰ ਦਿੱਤਾ ਗਿਆ ਸੀ ਹਰ ਸੂਰਤ ਅੰਦਰ ਇਹਨਾਂ ਨੂੰ ਈਨ ਮਨਾਉਣੀ ਆ। ਜਾਂ ਤਾਂ ਆਪਣਾ ਧਰਮ ਬਦਲਣਗੇ, ਨਹੀਂ ਤਾਂ ਇਹਨਾਂ ਨੂੰ ਮਜਬੂਰ ਕੀਤਾ ਜਾਊਗਾ, ਚਾਹੇ ਇਹਨਾਂ ਨੂੰ ਆਪਣੀ ਜਾਨ ਹੀ ਕਿਉਂ ਨਾ ਦੇਣੀ ਪਵੇ। ਪਰ ਲੰਬੇ ਸਮੇਂ ਤੋਂ ਕੌਮ ਇਹਨਾਂ ਮਹਾਨ ਸ਼ਹਾਦਤਾਂ ਨੂੰ ਨਤਮਸਤਕ ਕਰਦੇ ਆ ਰਹੀ ਆ। ਅੱਜ ਦੇ ਸਮੇਂ ਦੇ ਅੰਦਰ ਜਿਵੇਂ ਪ੍ਰਧਾਨ ਜੀ ਨੇ ਕਿਹਾ, ਸਾਨੂੰ ਸਾਰਿਆਂ ਨੂੰ ਬਹੁਤ ਵੱਡੇ ਉਪਰਾਲੇ ਦੀ ਜ਼ਰੂਰਤ ਆ। ਦੇਖੋ ਆਪਾਂ ਬਹੁਤ ਵੱਡੇ ਪੱਧਰ 'ਤੇ ਇੱਥੇ ਇਕੱਠੇ ਹੋਏ ਹਾਂ, ਮਕਸਦ ਇਹ ਆ ਆਪਾਂ ਗੁਰੂ ਸਰਨਾ ਚਾਹੁੰਦੇ ਹਾਂ, ਨਤਮਸਤਕ ਹੁੰਦੇ ਹਾਂ, ਉਸ ਸ਼ਹਾਦਤ ਨੂੰ ਕੋਟੀ ਕੋਟ ਪ੍ਰਣਾਮ ਕਰਦੇ ਹਾਂ। ਪਰ ਆਪਾਂ ਕਿਤੇ ਨਾ ਕਿਤੇ ਆਪਣਾ ਸੁਨੇਹਾ ਪਹੁੰਚਾਉਣ 'ਚ ਨਾਕਾਮ ਹੋ ਜਾਂਦੇ ਹਾਂ। 10ਵੇਂ ਪਾਤਸ਼ਾਹ ਨੇ ਜੋ ਆਪਾਂ ਨੂੰ ਇੰਨਾ ਸੋਹਣਾ ਸਿੱਖੀ ਸਰੂਪ ਬਖਸ਼ਿਆ, ਉਸ ਤੋਂ ਆਪਾਂ ਬਹੁਤ ਸਾਰੇ ਲੋਕ ਜਿਹੜੇ ਮੂੰਹ ਮੋੜੀ ਖਲੋਤੇ ਹਾਂ, ਉਹਦੇ 'ਤੇ ਆਪਾਂ ਕਿਸੇ ਇੱਕ ਦੇ ਉੱਤੇ ਦੋਸ਼ ਬੇਦੋਸ਼ ਨਹੀਂ ਲਗਾ ਸਕਦੇ। ਨਾ ਤਾਂ ਕਮੇਟੀਆਂ ਕੁਛ ਕਰ ਸਕਦੀਆਂ ਨੇ, ਨਾ ਪ੍ਰਬੰਧਕ ਕਮੇਟੀਆਂ, ਨਾ ਧਾਰਮਿਕ ਜਥੇਬੰਦੀਆਂ। ਉਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਉਪਰਾਲਾ ਕਰਨ ਦੀ ਜ਼ਰੂਰਤ ਆ, ਬਹੁਤ ਜ਼ਰੂਰਤ ਆ ਇਸ ਸਣੇ ਨੂੰ ਘਰ ਘਰ ਪਹੁੰਚਾਉਣ ਦੀ। ਮੈਨੂੰ ਅੱਜ ਇਸ ਗੱਲ ਦੀ ਜ਼ਰੂਰ ਤਸੱਲੀ ਆ ਕਿ ਪਿਛਲੇ 1 ਸਾਲ ਦੇ ਅੰਦਰ ਇੱਕ ਬਹੁਤ ਵੱਡੀ ਕ੍ਰਾਂਤੀ ਡਿਜੀਟਲ ਮੀਡੀਆ, ਸੋਸ਼ਲ ਮੀਡੀਆ 'ਤੇ ਆਈ ਆ। ਇੱਕ ਬਹੁਤ ਵੱਡੀ ਸਾਡੇ ਨੌਜਵਾਨਾਂ ਦੇ ਅੰਦਰ ਸੋਚ ਬਦਲੀ ਆ। ਅਕਸਰ ਅਸੀਂ ਦੇਖਦੇ ਸੀ ਕਿ ਸੋਸ਼ਲ ਮੀਡੀਆ ਦਾ ਇੱਕ ਹੀ ਕੰਮ ਹੁੰਦਾ ਸੀ,
कि जो असी बोलते सी या जो असी करते सी उहदियां गलतियां कढ के सोशल मीडिया ते पाईआं जांदियां सी। पर मैं देख रहा कि पिछले कुछ समय तो बहुत अच्छा नौजवान एक काम उपराला कर रहे ने सोशल मीडिया के माध्यम तो इन्हां शहादतां गुरु साहिबाना के गुरपुरब का प्रचार, गुरु साहिबाना की शहादतों का अपने इतिहास के प्रचार का बहुत वड्डे पद्धर से उसका प्रचार और प्रसार कर रहे हैं। पर यह माध्यम बहुत वड्डा है और इसका प्रसार की जिम्मेवारी साड़ी सारे की बनती है, साड़ा सारे का फर्ज बनता है। इस माध्यम को आप ज्यादा तो ज्यादा इस्तेमाल करिए। बाकी धर्मां दे लोगों नूं अज भी बिल्कुल जानकारी नहीं। जो असीं बाकी धर्मां दे लोगों नाल बैठ के विचार करते हैं, जो असीं नूं दसदे हैं, मैं कुछ दिन पहला ही गैर सिख परिवारों दे नाल बैठा ही चर्चा कर रहा सी। जो असीं नूं दसदे हो हैरान परेशान हो जाते हैं, वो कहते सानूं पता ही नहीं जी। अच्छा जी, इस तरह भी होया सी, तुहानूं पता जी नौवें पातशाह ने शहादत क्यों दित्ती? अच्छा जी, कहते सानूं पता ही नहीं जी, पर तुसीं लोगों नूं दसदे क्यों नहीं? क्योंकि दसण के माध्यम जिहड़े ने वह गुरु घर दीआं स्टेजां नहीं खाली हो सकदियां। और साडी बदकिस्मती इह आ जे असीं किसी दूजे धार्मिक स्टेज पर जाके बोलते हाँ अपने ही लोग साडे ते किंतु परंतु करन लग पैंदे ने। गुरु साहब की कृपा हुई, आप संगतां ने साडे ते कृपा की, असीं एक काम यकीनी बनाया। इस कमेटी ने जिन्ना भी समा इस मंच से लगाया है यह यकीनी बनाया कि असी किसी के खिलाफ कोई दुरप्रचार नहीं करांगे, कोई माड़े अल्फाजों का इस्तेमाल नहीं करांगे, जिन्नी भी गल करांगे केवल और केवल गुरुआ के प्रचार प्रसार की गल करांगे, गुरु साहिबाना के गुरु चरणा की गल करांगे, गुरु साहिब की वध तो वध कौम के अंदर बाहर धर्म के बारे च जिन्नी वध तो वध मीडिया के राही गल की जा सके वह करांगे, लेकिन किसी पर दोष बेदोष नहीं लगावांगे। असी अपना पूरा जोर लगाया पर साडे कल्लियां ते जोर लगाया गल नहीं बन सकदी। साडियां मावां इत्थे बैठियां ने, बहुत जरूरत आ साडी आउण वाली नौजवान पीढ़ी नूं, साडी आउण वाली जनरेशन नूं दसण दी, क्योंकि साडे समें दे अंदर और आउण वाली पीढ़ी दे समें दे अंदर एक बहुत वड्डा अंतर आ रहा है। क्योंकि साडे समें दे अंदर गुरमुखी जिहड़ी सी उहदा प्रचार प्रसार बहुत वड्डे पद्धर ते सीगा, उहदा प्रचार प्रसार भी घटता जा रहा है। घरां दे अंदर हिंदी का बोलबाला हुंदा जा रहा, और जिहड़ा हिंदी का बोलबाला है उहदे नाल बच्चे गुरमुखी तो टुटते जा रहे हैं। और जिहड़े गुरमुखी तो टुट जाएंगे, माफ करियो मैं कोई गलत गल ना कह जावां, उहनां नूं गुरमुखी तो टुटिआं नूं गुरसिखी नाल जोड़ना बहुत औखा हो जाऊगा। सो साडे सारिआं दा फर्ज बनता है, एक जिहड़ी आ साडे मन दे अंदर जिहड़ी अवस्था बन गई आ, और खास तौर पर जिहड़े सियासी लोग ने वो अपनी सियासी रोटियां सेकण वास्ते इस चीज़ का इस्तेमाल करते हैं दूसरे धर्मां दे उत्ते कटाक्ष करन दा। प्रधान जी हुणे जिवें गल दस रहे सी, देखो जिन्नी वड्डी कुरबानियां और उहनां दे अंदर गैर सिखां दा भी बहुत वड्डा योगदान रहा। जे आपां गल कराइए जिस मोती राम जी ने दुध पियाया होवे मेरा परिवार तो, और उस दुध पियाण दा छोटे साहबजादियां नूं माता जी नूं उन्हूं किन्ना वड्डा खिमियाजा भुगतना पिया, सारे परिवार नूं कोल्हू दे अंदर पीड़िया गया, सारे परिवार नूं उहदे वी बच्चियां नूं कोल्हू च पीड़िया गया, सारे परिवार नूं मोती लाल मेहरे दे नूं कोल्हू च पीड़िया गया। क्या आपां उहनां नूं भुला नहीं सकते? टोडरमल जी के परिवार को आप भुला नहीं सकते? यह जी अपनी सोच राजसी लोग बना देंगे ने, ये भी आपको जरूर विचार कर जरूरत है। सो आप मिल के कैसा उपराला करिए, आप दोष बेदोष ना लगा के दिल्ली सिख गुरद्वारा मैनेजमेंट कमेटी आप दी अपनी कमेटी जेडे असी सेवादार हाँ, साढ़े केवल सेवा के प्रबंध ने, क्योंकि एक सिस्टम के दायरे के तहत असी काम करते हैं। पर कितने ना कितने सुनिया देने की कोशिश की जाती है कि उन्हें यह गम करता, उन्हें इस तरह करता, यह गलत आ, जेड़ा प्रबंधा के उत्ते बैठ जाता है उसे किंतु परंतु किया जाता है।
ਸਾਡਾ ਸਾਰਿਆਂ ਦੇ ਫਰਜ਼ ਬਣਦਾ ਹੈ ਜਿਹਦੇ ਜਿਹਦੇ ਕੋਲ ਪ੍ਰਬੰਧ ਨੇ ਸਾਨੂੰ ਪ੍ਰਬੰਧਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ। ਜੇ ਉਹਦੀ ਕੋਈ ਕਮੀ ਪੇਸ਼ੀ ਆ ਯਕੀਨੀ ਤੌਰ 'ਤੇ ਉਹਦੀ ਕਮੀ ਪੇਸ਼ੀ ਵੀ ਨੂੰ ਯਾਦ ਕਰਾਉਣੀ ਚਾਹੀਦੀ ਆ ਤਾਂ ਕਿ ਉਹਦੇ ਅੰਦਰ ਆਪਣਾ ਸੁਧਾਰ ਕਰ ਸਕੇ। ਪਰ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਐਕਟ ਦੇ ਤਹਿਤ ਬਣੀ ਆ, ਸੰਵਿਧਾਨ ਦੀ ਲੜਾਈ ਲੜ ਕੇ ਆਪਾਂ ਇਸ ਕਮੇਟੀ ਨੂੰ ਬਣਾਇਆ ਹੈ। 18,000 ਤੋਂ ਜ਼ਿਆਦਾ ਸਿੱਖ ਜਿਹੜੇ ਸੀ ਆਪਣੇ ਉਹਨਾਂ ਨੇ ਜੇਲ੍ਹਾਂ ਕੱਟੀਆਂ ਇਸ ਕਮੇਟੀ ਨੂੰ ਬਣਾਉਣ ਪਿੱਛੇ। ਇਹ ਤੁਹਾਡੀ ਆਪਣੀ ਬਣਾਈ ਹੋਈ ਸੰਸਥਾ ਹੈ, ਇਸ 'ਤੇ ਕਿਸੇ ਨੂੰ ਕਿੰਤੂ ਪਰੰਤੂ ਅਗਰ ਕਰਦਾ ਹੈ ਤਾਂ ਤੁਹਾਨੂੰ ਉਹਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਤਾਂ ਹੀ ਆਪਾਂ ਮਿਲ ਜੁਲ ਕੇ ਐਸੇ ਉਪਰਾਲੇ ਕਰ ਸਕਾਂਗੇ ਜਿਹਦੇ ਨਾਲ ਜਿੱਥੇ ਆਪਾਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਆਪਣੇ ਵੱਧ 'ਚ ਵੱਧ ਕਰ ਸਕੀਏ, ਉੱਥੇ ਬਾਕੀ ਸਮਾਜ ਨੂੰ ਇਸ ਗੱਲ ਦਾ ਅਹਿਸਾਸ ਕਰਾ ਸਕੀਏ ਕਿ ਗੁਰੂ ਸਾਹਿਬਾਨਾਂ ਦੀਆਂ ਜਿੰਨੀਆਂ ਵੱਡੀਆਂ ਕੁਰਬਾਨੀਆਂ ਨੇ ਉਹ ਸਿੱਖ ਧਰਮ ਪ੍ਰਤੀ ਨਹੀਂ, ਉਹ ਦੇਸ਼ ਪ੍ਰਤੀ ਨੇ, ਉਹ ਬਾਕੀ ਧਰਮਾਂ ਦੇ ਪ੍ਰਤੀ ਨੇ, ਉਹ ਲੋਕ ਸਾਡੇ ਸ਼ੁਕਰਗੁਜ਼ਾਰ ਹੋਣ। ਅਗਰ ਆਪਾਂ ਅੱਜ ਗੱਲ ਕਰੀਏ ਦੇਸ਼ ਦਾ ਇੱਕ ਇੱਕ ਹਿੰਦੁਸਤਾਨ ਦਾ ਇੱਕ ਇੱਕ ਨਾਗਰਿਕ ਅਗਰ ਰੋਜ਼ ਸੀਸਗੰਜ ਜਾ ਕੇ ਰੋਜ਼ ਨਤਮਸਤਕ ਹੋਵੇ, ਰੋਜ਼ ਜਾ ਕੇ ਮੱਥਾ ਟੇਕੇ, ਤਾਂ ਵੀ ਉਹ ਗੁਰੂ ਸਾਹਿਬਾਨਾਂ ਦਾ 9ਵੇਂ ਪਾਤਸ਼ਾਹ ਦਾ 10ਵੇਂ ਪਾਤਸ਼ਾਹ ਦਾ ਕਰਜ਼ ਅਦਾ ਨਹੀਂ ਕਰ ਸਕਦਾ। ਇੰਨੀ ਵੱਡੀਆਂ ਸ਼ਹਾਦਤਾਂ ਦਾ ਕਰਜ਼ ਅਦਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਹਿਲਾਂ ਇਤਿਹਾਸਕਾਰ ਕਿਆ ਕਰਦੇ ਸੀ, ਕੇਵਲ ਲੜਾਈ ਤਿੰਨ ਕਾਰਨਾਂ ਤੋਂ ਹੁੰਦੀ ਆ, ਜਰ ਜੋਰੂ ਤੇ ਜ਼ਮੀਨ। ਦੁਨੀਆਂ ਦੇ ਅੰਦਰ ਪਹਿਲੀ ਵਾਰ 10ਵੇਂ ਪਾਤਸ਼ਾਹ ਨੇ ਜਿਹੜੀਆਂ ਸ਼ਹਾਦਤਾਂ ਕੀਤੀਆਂ ਔਰ ਜਿਹੜੀਆਂ ਜੰਗਾਂ ਲੜੀਆਂ ਨੇ ਉਹ ਇਹਨਾਂ ਤਿੰਨਾਂ ਕੰਮਾਂ ਤੋਂ ਪਰਾਂ ਹੱਟ ਕੇ ਲੜੀਆਂ ਨੇ। ਉਹ ਕੇਵਲ ਔਰ ਕੇਵਲ ਇਸ ਦੇਸ਼ ਦੇ ਅੰਦਰ ਜੋ ਉਸ ਵੇਲੇ ਜਬਰਨ ਧਰਮ ਵਸੂਲੀ ਦਾ ਕੰਮ ਕੀਤਾ ਜਾ ਰਿਹਾ ਸੀ, ਧਰਮ ਨੂੰ ਬਦਲਣ ਦਾ ਕੰਮ ਕੀਤਾ ਜਾ ਰਿਹਾ ਸੀਗਾ, ਜੋ ਜੁਰਮ ਫੈਲਾਇਆ ਜਾ ਰਿਹਾ ਸੀਗਾ, 10ਵੇਂ ਪਾਤਸ਼ਾਹ ਨੇ ਉਸ ਦੇ ਖਿਲਾਫ ਇਸ ਜੰਗ ਦੀ ਲੜਾਈ ਨੂੰ ਅਲਜ਼ਾਮ ਦਿੱਤਾ। ਇਹ ਦੁਨੀਆਂ ਦੇ ਅੰਦਰ ਪਹਿਲੀ ਵਾਰ ਹੋਇਆ ਹੈ। ਇਸ ਕਰਕੇ ਬਹੁਤ ਸਾਰੇ ਗੈਰ ਸਿੱਖ ਲਿਖਾਰੀਆਂ ਨੇ ਜੋ ਗੁਰੂ ਸਾਹਿਬਾਨਾਂ ਦੇ ਵਾਸਤੇ ਲਿਖਿਆ ਹੈ ਉਹ ਵੀ ਆਪਣੇ ਲਈ ਬਹੁਤ ਜ਼ਰੂਰੀ, ਆਪਣੇ ਬੱਚਿਆਂ ਤੱਕ ਪਹੁੰਚਾਉਣਾ। ਮੇਰੀ ਆਪ ਦੇ ਚਰਨਾਂ 'ਚ ਇਹ ਬੇਨਤੀ ਹੈ, ਆਪਾਂ ਮਿਲ ਕੇ ਇੱਕ ਐਸਾ ਵਾਤਾਵਰਨ ਖੜਾ ਕਰੀਏ ਜਿਹਦੇ 'ਚ ਆਪਾਂ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਕਹੀਏ ਕਿ ਬੇਟਾ ਜਦੋਂ ਤੂੰ ਸੋਸ਼ਲ ਮੀਡੀਆ 'ਤੇ ਟਾਈਮ ਲਗਾਉਣਾ ਹੈ, ਅੱਜ ਹਰ ਬੱਚਾ ਆਪਣੇ ਘਰ ਬੈਠ ਕੇ ਕੰਪਿਊਟਰ 'ਤੇ ਔਰ ਮੋਬਾਈਲ 'ਤੇ ਲੈਪਟਾਪ 'ਤੇ ਘੰਟਾ ਘੰਟਾ ਦੋ ਦੋ ਘੰਟੇ ਲਗਾ ਰਿਹਾ ਹੈ। ਮੇਰੀ ਹੱਥ ਬੰਨ ਕੇ ਆਪ ਜੀ ਮਾਂ ਬਾਪ ਨੂੰ ਬੇਨਤੀ ਆ, ਇਹ ਬਹੁਤ ਜ਼ਰੂਰੀ ਆ, ਇਹਨੂੰ ਤੁਸੀਂ ਹਲਕੇ 'ਚ ਨਾ ਲਿਓ। ਜੇ ਆਪ ਚਾਹੁੰਦੇ ਜੀ ਕਿ ਅਸੀਂ ਆਪਣੇ ਗੁਰੂ ਸਾਹਿਬਾਨਾਂ ਦਾ ਕਰਜ਼ੇ ਦੀ ਅਦਾਇਗੀ ਕਰਨੀ ਆ ਤੇ ਸਾਡੇ ਲਈ ਬਹੁਤ ਜ਼ਰੂਰੀ ਆ, ਅਸੀਂ ਆਪਣੇ ਬੱਚਿਆਂ ਨੂੰ ਜਿੱਥੇ ਸਿੱਖਿਆ ਵਾਸਤੇ ਪ੍ਰੇਰਿਤ ਕਰਦੇ ਹਾਂ, ਜਿੱਥੇ ਡਾਂਟ ਫਟਕਾਰ ਲਗਾਉਣੇ ਪੜ੍ਹਨ ਵਾਸਤੇ, ਉੱਥੇ ਡਾਂਟ ਲਗਾਓ ਆਪਣੇ ਬੱਚਿਆਂ ਨੂੰ ਜਾ ਕੇ ਕਿ ਜੇ ਤੂੰ ਸੋਸ਼ਲ ਮੀਡੀਆ 'ਤੇ ਬੈਠਣਾ ਹੈ, ਜਿੱਥੇ ਤੂੰ 2 ਘੰਟੇ ਬੈਠਦਾ ਹੈ ਉੱਥੇ ਤੂੰ ਇਹਦਾ ਵੀ ਦਸਵੰਧ ਕੱਟਣਾ ਹੈ, ਆਪਣੇ ਗੁਰੂ ਸਾਹਿਬਾਨਾਂ ਦੇ ਪ੍ਰਚਾਰ ਔਰ ਪ੍ਰਸਾਦ ਦੀਆਂ ਚੀਜ਼ਾਂ ਵੀ ਤੂੰ ਸੋਸ਼ਲ ਮੀਡੀਆ 'ਤੇ ਪਾਉਣੀਆਂ ਨੇ ਤਾਂ ਕਿ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਗੁਰੂ ਸਾਹਿਬਾਨਾਂ ਦੀ ਜਿੱਥੇ ਸ਼ਹਾਦਤ ਮਹਾਨ ਆ, ਉੱਥੇ ਉਹਨਾਂ ਦੇ ਜੋ ਪ੍ਰਿੰਸੀਪਲ ਸੀ ਜਿਸ ਉਹਨਾਂ ਨੇ ਸਾਨੂੰ ਜਿਸ ਲੜ ਲਾਇਆ ਹੈ ਉਸ ਦਾ ਵੀ ਦੁਨੀਆਂ ਦੇ ਅੰਦਰ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਇਹ ਸੰਵਿਧਾਨ ਵੀ ਉਹ ਸਾਨੂੰ ਦੱਸਣ ਦੀ ਬਹੁਤ ਅੱਜ ਜ਼ਰੂਰਤ ਹੈ। ਮੈਂ ਆਪ ਸਾਰਿਆਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ। ਆਪ ਸਾਰੇ ਜੋ ਇੱਥੇ ਚੱਲ ਕੇ ਪਹੁੰਚੇ ਜੇ ਆਪਣੀ ਸ਼ਰਧਾ ਔਰ ਸਤਿਕਾਰ ਭੇਂਟ ਕਰਨ ਵਾਸਤੇ, ਇਸ ਸਥਾਨ ਦੀ ਬਹੁਤ ਵੱਡੀ ਮਹੱਤਵਤਾ ਹੈ। ਪਰ ਅੱਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਜਿਹੜੇ ਵੱਡੇ ਦੀਵਾਨ ਲਗਾਏ ਗਏ ਉਸ ਦੇ ਅੰਦਰ ਆਪ ਸਾਰਿਆਂ ਦੇ ਪਹੁੰਚਣ ਦੇ ਨਾਲ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹ ਮਹਿਸੂਸ ਕਰਦੀ ਆ ਕਿ ਆਪਾਂ ਦੁਨੀਆਂ ਦੇ ਅੰਦਰ ਇਹ ਸੁਣਿਆ ਦਿਨ 'ਚ ਕਾਮਯਾਬ ਹੁੰਦੇ ਹਾਂ ਕਿ ਵੱਡੇ ਦਿਨ ਜਿਹੜੇ ਨੇ ਇਹ ਸੰਗਤਾਂ ਨੂੰ ਮਿਲ ਕੇ ਹੋਰ ਵੱਡੇ ਪੱਧਰ 'ਤੇ ਮਨਾਉਣੇ ਚਾਹੀਦੇ ਨੇ। ਜਿਹੜੇ ਲੋਕ ਅਜੇ ਵੀ ਘਰਾਂ 'ਚ ਨੇ ਉਹਨਾਂ ਨੂੰ ਇਸ ਗੱਲ ਨੂੰ ਜ਼ਰੂਰ ਵਿਚਾਰਨਾ ਚਾਹੀਦਾ ਹੈ। ਸਾਡੇ ਵਾਸਤੇ ਇਸ ਤੋਂ ਕਿਸੇ ਚੀਜ਼ ਦੀ ਜ਼ਿਆਦਾ ਮਹੱਤਵਤਾ ਨਹੀਂ ਕਿ ਆਪਾਂ ਆਪਣੇ ਇਸ ਸੁਨਹਿਰੀ ਵਿਰਸੇ ਨੂੰ, ਇਸ ਐਸੇ ਸੁਨਹਿਰੀ ਇਤਿਹਾਸ ਨੂੰ, ਐਸੀਆਂ ਮਹਾਨ ਸ਼ਹਾਦਤਾਂ ਨੂੰ ਸਦੈਵ ਨਤਮਸਤਕ ਵੀ ਹੋਈਏ ਔਰ ਉਹਨਾਂ ਦੇ ਪ੍ਰਤੀ ਆਪਣੀ ਸ਼ਰਧਾ ਔਰ ਸਤਿਕਾਰ ਵੱਧ ਤੋਂ ਵੱਧ ਭੇਂਟ ਕਰ ਸਕੀਏ, ਦੁਨੀਆਂ ਨੂੰ ਇਹ ਸੰਦੇਸ਼ ਦੇ ਸਕੀਏ ਕਿ ਇਸ ਸ਼ਹਾਦਤਾਂ ਦੇ ਬਦਲੇ ਹੀ ਅੱਜ ਇਹ ਦੁਨੀਆਂ ਔਰ ਖਾਸ ਤੌਰ 'ਤੇ ਇਹ ਮੁਲਕ ਜਿਹੜੇ ਨੇ ਤਾਂ ਹੀ ਬਚੇ ਨੇ, ਕਿਉਂਕਿ ਇਹ ਸ਼ਹਾਦਤਾਂ ਜਿਹੜੀਆਂ ਸੀ ਉਹਨਾਂ ਦੇ ਸਦਕੇ ਹੀ ਅੱਜ ਅਸੀਂ ਸਾਰੇ ਇਸ ਦੇਸ਼ ਦੇ ਅੰਦਰ ਇਸ ਰੂਪ ਅੰਦਰ ਰਹਿ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।